खबर कपूरथला तो है। तुहानूं दस दईए कि संयुक्त किसान मोर्चा वल्लों 26 मार्च नूं पूरा भारत बंद करन दी अपील कीती गई सी, जिहदा असर कपूरथला विच वी देखण नूं मिलिया। किसान यूनाइटेड फ्रंट वल्लों 3 खेती कानूनां नूं रद्द करन अते पिछले कई महीनियां तों दिल्ली बॉर्डरां ते किसान संगठनां वल्लों केंद्र दी मोदी सरकार खिलाफ किसानां नूं शांति कायम रखण लई लगातार कहा जा रहा सी ते किसानां ने शांति कायम रखी हुई है। तुहानूं दस दईए कि 26 मार्च नूं भारत बंद का असर सारे जिला कपूरथला विच वेखण नूं मिलिया, जिथे पूरी तरह नाल हर वर्ग ने अपनियां दुकानां अते कारोबार किसानां दे हक विच बंद रखे। कुछ दुकानदार तां अपनियां दुकानां बंद करके उत्थे क्रिकेट खेडदे वी नज़र आए। अते किसानां दा कहना है कि केंद्र सरकार वल्लों ये जिहड़े 3 काले कानून उहनां ते थोपे गए ने, इन्हां नूं उह रद्द करा के ही छड्डणगे। देखदे हां ये खास रिपोर्ट। ਰਵੀਰ ਸਿੰਘ ਪੁੱਲਰ, ਮਹੱਲਾ ਅਜੀਤ ਨਗਰ ਵਾਸੀ। ਅਸੀਂ ਅੱਜ ਮਹੱਲਾ ਅਜੀਤ ਨਗਰ ਵੱਲੋਂ ਸਾਰੇ ਮਹੱਲੋ ਸਮੂਹ ਵੱਲੋਂ 26 ਤਰੀਕ ਦੇ ਵਿੱਚ ਜੋ ਅੱਜ ਉਹ ਸਮਾਸ ਕੱਢਿਆ ਗਿਆ ਹੈ, ਉਸ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਪਿੰਡਾਂ ਦੇ ਬੰਦੇ, ਸ਼ਹਿਰਾਂ ਦੇ ਬੰਦੇ, ਸਾਰੇ ਨਿਵਾਸੀ ਇਕੱਠੇ ਹੋ ਕੇ ਰੋਸ ਮਾਰਚ ਸ਼ਾਂਤਮਈ ਕਰ ਰਹੇ ਹਨ। ਜੋ ਕਿ ਮੋਦੀ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਹਨ ਉਹਨੂੰ ਰੱਦ ਕਰਨ ਵਾਸਤੇ। ਕਾਲੇ ਕਾਨੂੰਨ ਸਾਡੇ ਵਾਸਤੇ ਬਹੁਤ ਹੀ ਖਤਰਨਾਕ ਹਨ। ਜ਼ਿਮੀਂਦਾਰ ਚਾਰੇ ਕੀ ਕਰਨਗੇ ਕਾਲੇ ਕਾਨੂੰਨ ਉੱਤੇ? ਬਹੁਤ ਹੀ ਮੁਸ਼ਕਲ ਹੋ ਜਾਏਗਾ ਸਾਰਿਆਂ ਵਾਸਤੇ। ਮੇਰਾ ਜ਼ਿਮੀਂਦਾਰ ਹੀ ਨਹੀਂ, ਸਾਰੇ ਵਰਗੇ 'ਚ ਪੀਤੇ ਜਾਣਗੇ, ਸਾਰਿਆਂ ਵਾਸਤੇ ਬੜੀ ਮੁਸ਼ਕਲ ਹੋ ਗਈ। ਮੋਦੀ ਨੇ ਹਰ ਚੀਜ਼ ਰਹਿਣੇ ਪਾਤੀ, ਰੇਸਤੀ, ਕੋਈ ਚੀਜ਼ ਛੱਡੀ ਨਹੀਂ। ਹੁਣ ਪੈਲੀਆਂ ਰਹਿ ਗਈਆਂ, ਉਹ ਮੋਦੀ ਸਾਹਿਬ ਪੈਲੀਆਂ ਪਿੱਛੇ ਪੈ ਗਏ ਨੇ। ਇਹ ਹੁਣ ਕੋਠੀਆਂ ਮੰਗਦਾ ਪਿਆ ਏ, ਪੈਲੀ ਦੀਆਂ ਰਜਿਸਟਰੀਆਂ ਮੰਗਦਾ ਪਿਆ ਏ, ਤਾਂ ਕਿ ਉਹ ਆਦਮੀ ਕਣਕ ਖਰੀਦਣ ਜਿਨ੍ਹਾਂ ਕੋਲ ਪੈਲੀਆਂ ਦੀਆਂ ਰਜਿਸਟਰੀਆਂ ਹਨ। ਅਤੇ ਬਾਕੀ ਮਜ਼ਦੂਰ ਵਿਚਾਰੇ ਕਿੱਥੇ ਜਾਣਗੇ? ਸਾਰੇ ਆਪਾਂ ਬਾਹਰ ਰਹਿੰਦੇ ਹਾਂ, ਸਾਡੇ ਪਰਿਵਾਰ ਬਾਹਰ ਰਹਿੰਦੇ ਨੇ, ਸਾਡੀਆਂ ਪੈਲੀਆਂ ਮਜ਼ਦੂਰ ਵਾਹੁੰਦੇ ਨੇ, ਅਸੀਂ ਰਜਿਸਟਰੀਆਂ ਕਿੱਥੋਂ ਦੇਈਏ ਉਹਨਾਂ ਨੂੰ? ਕਿੱਥੋਂ ਦੇਈਏ ਉਹਨਾਂ ਨੂੰ? ਫਿਰ ਕਹਿੰਦੇ ਵੀ ਰਜਿਸਟਰੀਆਂ ਤੁਸੀਂ ਦੇ ਗਏ, ਆਪਣੀ ਕਹਾਣੀ ਤੁਸੀਂ ਵੇਚ ਸਕਦੇ, ਹੋਰ ਕਿਤੇ ਨਹੀਂ ਕੋਈ ਵੇਚ ਸਕਦਾ। ਜਿਹੜਾ ਜਵਾਨ ਜਾਂ ਕਿਸਾਨ ਜਾਂ ਮਜ਼ਦੂਰ ਆਪਣੀ ਪੈਲੀ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਹੈ, ਉਹ ਕਿੱਥੋਂ ਦੇਊਗਾ ਵਿਚਾਰਾ ਆਪਣੀਆਂ ਰਜਿਸਟਰੀਆਂ? ਮੁਸ਼ਕਲ ਹੋ ਜਾਏਗਾ ਸਾਰਿਆਂ ਵਾਸਤੇ। ਅੱਜ ਬੰਦ ਦੀ ਗੱਲ ਕਰੀਏ, ਅੱਜ ਸਮਰਥਨ ਕਿਸ ਤਰ੍ਹਾਂ ਮਿਲ ਰਿਹਾ ਕਪੂਰਥਲਾ ਜ਼ਿਲ੍ਹੇ 'ਚੋਂ? ਅੱਜ ਸਮਰਥਨ ਕਪੂਰਥਲਾ ਜ਼ਿਲ੍ਹੇ ਵਿੱਚ ਬਹੁਤ ਹੀ ਰਲ ਮਿਲ ਕੇ ਹੰਗਾਰਾ ਮਿਲ ਰਿਹਾ ਹੈ, ਬਹੁਤ ਹੀ ਸ਼ਾਂਤਮਈ ਢੰਗ ਨਾਲ ਸਾਰੇ ਕਿਸਾਨ, ਜ਼ਿਮੀਂਦਾਰ, ਦੁਕਾਨਦਾਰ, ਮਜ਼ਦੂਰ, ਛੋਟੇ ਵਰਗ, ਵੱਡੇ ਵਰਗ ਸਾਰੇ ਇਕੱਠੇ ਹੋ ਕੇ ਬਹੁਤ ਹੀ ਸ਼ਾਂਤਮਈ ਢੰਗ ਨਾਲ ਸਮਰਥਨ ਦੇ ਰਹੇ ਹਨ। ਇਹ ਸਮਰਥਨ ਬਿਲਕੁਲ ਕਾਮਯਾਬ ਹੋਊਗਾ। ਅਸੀਂ ਕਿਸੇ ਵੀ ਦੇ ਕਦੇ ਖਿਲਾਫ਼ ਨਹੀਂ ਹਾਂ, ਅਸੀਂ ਸਿਰਫ ਚਾਹੁੰਦੇ ਹਾਂ ਕਿ ਸਾਡੇ ਜੇ ਕਾਲੇ ਕਾਨੂੰਨ ਲੱਗੇ ਹੋਏ ਨੇ ਉਹ ਮਾਫ਼ ਕਰਨ, ਸਾਨੂੰ ਬਾਕੀ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ। ਅਸੀਂ ਕਿਸੇ ਵੀ ਪਾਰਟੀਆਂ ਸੰਬੰਧ ਨਹੀਂ ਰੱਖਦੇ, ਅਸੀਂ ਆਪਣੇ ਕਾਲੇ ਕਾਨੂੰਨ ਖਤਮ ਕਰਵਾਉਣਾ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਅਵਤਾਰ ਸਿੰਘ, ਮਹੱਲਾ ਅਜੀਤ ਨਗਰ। ਅਸੀਂ ਅੱਜ ਜੋ ਕਿਸਾਨਾਂ ਦਾ ਸਾਨੂੰ ਆਵਾਜ਼ ਆਈ ਸੀ ਕਿ 26 ਤਰੀਕ ਦਾ ਬੰਦ, ਭਾਰਤ ਬੰਦ ਹੈ, ਉਸ ਦੇ ਸਮਰਥਨ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਮਹੱਲਾ ਅਜੀਤ ਨਗਰ ਵੱਲੋਂ ਬੜੀਆਂ ਭਾਰੀ ਸੰਗਤਾਂ, ਬੀਬੀਆਂ, ਭਰਾਵਾਂ, ਜ਼ਿਮੀਂਦਾਰ ਸਾਰੇ ਰਲ ਕੇ ਇਹ ਸਾਰਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ, ਤਾਂ ਜੋ ਕਿ ਜੋ 3 ਕਾਲੇ ਕਾਨੂੰਨ ਭਾਰਤ ਸਰਕਾਰ ਵੱਲੋਂ ਜ਼ਬਰਦਸਤੀ ਲਾਏ ਜਾ ਰਹੇ ਹਨ, ਇਹਨਾਂ ਨੂੰ ਵਾਪਸ ਲੈਣ ਵਾਸਤੇ ਅਸੀਂ ਇਹ ਰੋਸ ਮਾਰਚ ਕੱਢਿਆ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਦੁਕਾਨਦਾਰਾਂ ਦਾ, ਪੂਰੇ ਕਪੂਰਥਲੇ ਦਾ, ਜਿਨ੍ਹਾਂ ਨੇ ਜ਼ਿਮੀਂਦਾਰਾਂ ਨੂੰ ਸਾਰਿਆਂ ਸਮਰਥਨ ਦਿੱਤਾ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਫਿਰ ਦੁਬਾਰਾ ਧੰਨਵਾਦ ਕਰਦੇ ਹਾਂ, ਅਤੇ ਮੋਦੀ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਹ 3 ਕਾਨੂੰਨ ਵਾਪਸ ਕਰੋ, ਨਹੀਂ ਤਾਂ ਇਹ ਰੋਸ ਮਾਰਚ ਇੱਦਾਂ ਚੱਲਦੇ ਰਹਿਣਗੇ ਜਿੰਨੀ ਤੀਕਰ ਸਾਡੇ ਕਿਸਾਨ ਵੀਰ 300 ਤੋਂ ਵੱਧ ਸ਼ਹੀਦ ਹੋ ਚੁੱਕੇ ਹਨ। ਅਤੇ ਮੋਦੀ ਸਰਕਾਰ ਦੇ ਅੱਜ ਤੱਕ ਸੈਂਟਰ ਸਰਕਾਰ ਦੇ ਕੋਈ ਜੁਰਮ ਛੱਡੀ, ਅਸੀਂ ਬੇਨਤੀ ਕਰਦੇ ਹਾਂ ਮੋਦੀ ਸਰਕਾਰ ਨੂੰ ਕਿ 3 ਕਾਨੂੰਨ ਵਾਪਸ ਕਰੋ, ਨਹੀਂ ਆਉਣਾ ਟਾਈਮ ਬਹੁਤ ਖਤਰਨਾਕ ਹੋਏਗਾ। ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ,
मैं ये तेल 3 महीने लाना अपने सिर पर अप्लाई किया, ये बिल्कुल आयुर्वैदिक तेल है, यदा कोई साइड इफेक्ट नहीं है। तो मेरे बाल जोड़े गंजपन पैना शुरू हो गया से दोबारा आने लग गए, तो मैनू तो बड़ा फायदा दिता इसने। जो थानू भी किसी इस तरह की प्रॉब्लम का सामना कर रहे हो तो यह तेल लाना ना भूलो। कितना कितनी असी अपने बालों करके शर्म फील